ਅਸਲਾਮੁ ਅਲੈਕੁਮ ਦੋਸਤੋ ਤੁਸੀਂ ਵੇਖ ਰਹੇ ਹੋ ਪਾਕ ਪੰਜਾਬ ਟੀਵੀ ਮਾਸ਼ਾਅੱਲਾ ਬੜੀ ਮਿਹਨਤ ਤੋਂ ਬਾਅਦ ਤੇ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਅੱਜ ਦੋਸਤਾਂ ਵਾਸਤੇ ਮੈਂ ਇੱਕ ਐਸਾ ਮੌਕਾ ਇੱਕ ਐਸੀ ਜ਼ਰਈ ਜ਼ਮੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਜਿਹੜੀ ਜ਼ਰਈ ਜ਼ਮੀਨ ਦਾ ਮੇਰੇ ਦੋਸਤਾਂ ਨੂੰ ਕਾਫੀ ਸਾਲਾਂ ਤੋਂ ਇੰਤਜ਼ਾਰ ਸੀ ਦੋਸਤੋ ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਦੋਸਤੋ ਆਪਣੇ ਕੋਲ ਇੱਕ ایسی ਜ਼ਮੀਨ ਹੈ ਕਿ ਜਿੰਨੀ ਜਲਦੀ ਜੜ ਦੋਸਤ ਕਾਲ ਕਰ ਲੈਣਗੇ ਉਨੀ ਜਲਦੀ ਉਹਨਾਂ ਨੂੰ ਇਹ ਜ਼ਮੀਨ ਮਿਲ ਜਾਏਗੀ ਕਿਉਂਕਿ ਇਹਦੇ ਨਾਲ ਦੀ ਜ਼ਮੀਨ ਅੱਜ ਤੋਂ ਕੋਈ 2 ਸਾਲ ਪਹਿਲੇ ਵੀ ਮੈਂ ਅਪਲੋਡ ਕੀਤੀ ਸੀ ਜਿਹੜੀ ਕਿ ਆਪਣਾ ਪਾਗਪਤਨ ਤੋਂ ਮਿਚਨਾਬਦ ਰੋਡ ਤੋਂ ਪਈ ਹੋਈ ਸੀ ਤੇ ਦਰਿਆ ਦੇ ਕੰਢੇ ਤੇ ਪਈ ਹੋਈ ਸੀ ਤੇ ਉਹ ਜ਼ਮੀਨ ਵੀ ਆਪਣੀ ਬੜੀ ਬਿਹਤਰੀਨ ਸੀ ਤੇ ਜ਼ਮੀਨ ਵੀਡੀਓ ਅਪਲੋਡ ਕਰਨ ਤੋਂ ਠੀਕ ਤਿੰਨ ਦਿਨ ਬਾਅਦ ਸੇਲ ਹੋ ਗਈ ਸੀ ਕਿ 180 ਏਕੜ ਜ਼ਮੀਨ ਸੀ ਦੋਸਤੋ ਨੂੰ ਯਾਦ ਹੋਣਾ ਜਿਹੜੀ ਕਿ ਪਾਕਪਤਨ ਤੋਂ ਮੇਚਣਾਬਦ ਰੋਡ ਤੇ ਸੀ ਤੇ ਵੀਡੀਓ ਅਪਲੋਡ ਕਰਨ ਤੋਂ ਸਿਰਫ ਤਿੰਨ ਦਿਨ ਬਾਅਦ ਉਹ ਜ਼ਮੀਨ ਦੀ ਉਹ ਜ਼ਮੀਨ ਆਪਣੀ ਸੇਲ ਹੋ ਗਈ ਸੀ ਦੋਸਤੋ ਇਹ ਵੀ ਇੱਕ ਐਸਾ ਮੌਕਾ ਜੇ ਕਿ ਵੀਡੀਓ ਅਪਲੋਡ ਕੀਤੀ ਹੈ ਤੇ ਇਨਸ਼ਾਅੱਲਾ ਇਹ ਹੁਣ ਬਹੁਤ ਜਲਦ ਸੇਲ ਹੋ ਜਾਏਗੀ ਜਿਵੇਂ ਕਿ ਪੰਜਾਬੀ ਦੇ ਵਿੱਚ ਇੱਕ ਗੱਲ ਬਣੀ ਹੋਈ ਹੈ ਨਾ ਕਿ ਪਹਿਲੇ ਆਓ ਤੇ ਪਹਿਲੇ ਪਾਓ ਦੋਸਤੋ ਪਹਿਲੇ ਆਓ ਤੇ ਪਹਿਲੇ ਪਾਓ ਇਹ ਉਹ ਕਹਾਣੀ ਹੈਗੀ ਜੀ ਦੋਸਤੋ ਕਿਉਂਕਿ ਅੱਛੀ ਜ਼ਮੀਨ ਤੇ ਇੰਤਖਾਈ ਸਸਤੀ ਜ਼ਮੀਨ ਕਦੇ ਕਿਸਮਤ ਨਾਲ ਹੀ ਮਿਲਦੀ ਹੁੰਦੀ ਹੈ ਜਦੋਂ ਮਿਲ ਜਾਵੇ ਤੇ ਫਿਰ ਉਸੇ ਟਾਈਮ ਉਹ ਸੇਲ ਹੋ ਜਾਂਦੀ ਹੈ ਇਹ ਆਪਾਂ ਦੋਸਤਾਂ ਨੂੰ ਦਿਖਾ ਰਹੇ ਹਾਂ ਡੇਰੇ ਆਸ-ਪਾਸ ਇੰਦੇ ਵਿੱਚ ਇੱਕ ਮਾਸ਼ਾਅੱਲਾ ਬਹੁਤ ਵੱਡਾ ਡੇਰਾ ਹੈਗਾ ਜਿਹੜਾ ਆਪਾਂ ਦੋਸਤਾਂ ਨੂੰ ਇਸ ਟਾਈਮ ਦਿਖਾ ਰਹੇ ਹਾਂ ਅੰਦਰ ਖੜੇ ਹੋ ਕੇ ਕਿ ਇਹ ਡੇਰਾ ਬਹੁਤ ਵੱਡਾ ਹੈ ਜਿੱਥੇ ਮਾਲਕਾਂ ਦੀ ਆਪਣੀ ਰਿਅਸ਼ ਹੈਗੀ ਚੇ ਲੇਕਿਨ ਇਸ ਤੋਂ ਇਲਾਵਾ ਇੰਦੇ ਵਿੱਚ ਦੋ ਤਿੰਨ ਦੇ ਡੇਰੇ ਛੋਟੇ ਵੀ ਹੈਗੇ ਨੇ ਮਤਲਬ ਕਿ ਤੁਹਾਨੂੰ ਇੰਦੇ ਵਿੱਚ ਮਿਲਣਗੇ ਤਕਰੀਬਨ ਕੁ ਤਿੰਨ ਚਾਰ ਡੇਰੇ ਲਿੰਕ ਰੋਡ ਕਾਰਪਟ ਰੋਡ ਦਾ ਫਰੰਟ ਕਿ ਮੋਕੇ ਤੱਕ ਕਾਰਪਟ ਰੋਡ ਆਂਦਾ ਜੀ ਬਹੁਤ ਵੱਡਾ ਮਦਰਸਾ ਮਸਜਿਦ ਦੋਸਤੋ ਨੂੰ ਇਹ ਜ਼ਮੀਨ ਦੇ ਅੰਦਰ ਮਿਲਣਗੇ ਮਾਸ਼ਾਅੱਲਾ ਇਹ ਕਾਰਪਟ ਰੋਡ ਹੈ ਨਾ ਤੇ ਕਾਰਪਟ ਰੋਡ ਪੱਕਾ ਰਸਤਾ ਆਪਣੀ ਜ਼ਮੀਨ ਤੱਕ ਮਤਲਬ ਕਿ ਆਪਣੇ ਡੇਰੇ ਤੱਕ ਆਂਦਾ ਹੈ ਤੇ ਇਸੇ ਕਾਰਪਟ ਰੋਡ ਤੇ ਪੱਕੀ ਸੜਕ ਦੇ ਦੋਹਾਂ ਸਿਰਾਂ ਤੇ ਆਪਣੀ ਜ਼ਮੀਨ ਪਈ ਹੋਈ ਜੀ ਦੋਸਤੋ ਆਪਣੀ ਜ਼ਮੀਨ ਦੀ ਲੋਕੇਸ਼ਨ ਇੰਨੀ ਕੁ ਬਿਹਤਰੀਨ ਹੈ ਕਿ ਇੰਨੀ ਕੁ ਬਿਹਤਰੀਨ ਕਿ ਜਿੰਨੀ ਵੀ ਤਾਰੀਫ ਕੀਤੀ ਜਾਵੇ ਕਮ ਹੈ ਨੰਬਰ 1 ਕਾਰਪੇਟ ਰੋਡ ਦੇ ਪੱਕੀ ਸੜਕ ਦੇ ਦੋਹਾਂ ਸਿਰਾਂ ਤੇ ਆਪਣੀ ਜ਼ਮੀਨ ਹੈ ਤੇ ਨੰਬਰ 2 گاؤں ਦੇ ਸ਼ੁਰੂ ਤੋਂ ਵੀ ਆਪਣੀ ਜ਼ਮੀਨ ਹੈ ਫਿਰ گاؤں ਕ੍ਰਾਸ ਕਰਨ ਤੋਂ ਬਾਅਦ ਫਿਰ ਆਪਣੀ ਜ਼ਮੀਨ ਸ਼ੁਰੂ ਹੋ ਜਾਂਦੀ ਹੈ ਕਿ ਡਬਲ گاؤں ਦੀ ਨਿਆਇ ਨੂੰ ਕਹਿੰਦੇ ਨੇ गांव ਦੇ ਸ਼ੁਰੂ ਤੋਂ ਵੀ ਆਪਣੀ ਜ਼ਮੀਨ ਹੈ ਫਿਰ ਆਪਾਂ ਉਹੀ گاؤں ਕ੍ਰਾਸ ਕਰਨਾ ਹੈ ਉੰਦੇ ਕ੍ਰਾਸ ਕਰਨ ਤੋਂ ਬਾਅਦ ਵੀ ਆਪਣੀ ਜ਼ਮੀਨ ਹੀ ਹੈ ਕਿ ਜਿਹੜਾ گاؤں ਆਪਣੀ ਜ਼ਮੀਨ ਨਾਲ ਹੈਗਾ ਨਾ ਉਸ گاؤں ਦੇ ਚਾਰ ਸ਼ਫੇਰੇ ਆਪਣੀ ਜ਼ਮੀਨ ਹੈਗੀ ਜੇ ਤੇ ਤਿੰਨ ਅਦਦ ਦੋਸਤਾਂ ਨੂੰ ਮਿੱਠੇ ਪਾਣੀ ਵਾਲੀਆਂ ਟਰਪੈਨਾ ਮਿਲ ਗਈਆਂ ਬਿਜਲੀ ਮੌਕੇ ਤੇ ਮੌਜੂਦ ਹੈ ਤੇ ਬਿਜਲੀ ਤੋਂ ਇਲਾਵਾ ਮਾਲਕ ਨੇ ਸੋਲਰ ਸਿਸਟਮ ਦੀ ਸਹੂਲਤ ਵੀ ਇੱਥੇ ਕੰਮ ਕੀਤੀ ਹੋਈ ਲੇਕਿਨ ਬਿਜਲੀ ਇੱਥੇ ਬੇਸ਼ੁਮਾਰ ਮੌਜੂਦ ਹੈਗੀ ਜੀ ਕਿ ਖੰਬੇ ਤਾਂ ਬੇਸ਼ੁਮਾਰ ਆਪਣੀ ਜ਼ਮੀਨ ਦੇ ਵਿੱਚੋਂ ਲੰਘਦੇ ਪੈਣੇ ਬਲਕਿ ਡੇਰੇ ਦੇ ਅੰਦਰ ਆਪਾਂ ਦੋਸਤਾਂ ਨੂੰ ਦਿਖਾ ਚੁੱਕੇ ਹਾਂ ਪਹਿਲੇ ਉੱਥੇ ਮਾਲਕ ਨੇ ਆਪਣਾ ਜ਼ਾਤੀ ਟਰਾਂਸਫਾਰਮਰ ਜਿਹੜਾ ਕਿ ਰਖਵਾਇਆ ਹੋਇਆ ਹੈ ਆ ਵੇਖੋ ਇਹ ਆਪਣਾ ਕਾਰਪੇਟ ਰੋਡ ਹੈ ਜਿਹੜਾ ਕਿ گاؤں ਤੋਂ ਪਹਿਲੇ ਆਂਦਾ ਹੈ ਜਿਹੜਾ گاؤں ਤੋਂ ਬਾਅਦ ਆਂਦਾ ਹੈ ਡੇਰੇ ਦੇ ਨਾਲ ਆਪਾਂ ਉਹ ਦਿਖਾ ਚੁੱਕੇ ਹਾਂ ਤੇ ਇਹ ਜਿਹੜਾ ਕਿ گاؤں ਤੋਂ ਪਹਿਲੇ ਆਂਦਾ ਹੈ ਤੇ ਦੁਬਾਰਾ ਆਪਾਂ ਡੇਰੇ ਦੇ ਅੰਦਰ ਆ ਗਏ ਆਂ ਦੋਸਤੋ ਚੌਂਕੇ ਰਕਬਾ ਬਹੁਤ ਵੱਡਾ ਹੈ ਨਾ ਮਾਸ਼ਾਅੱਲਾ ਆਪਣੇ ਕੋਲੇ 165 ਏਕੜ ਏਸ ਰਾਈ ਜ਼ਮੀਨ ਹੈ ਕਿ ਅਲੱਗ ਅਲੱਗ ਜਗ੍ਹਾ ਤੇ ਖਲੋ ਕੇ ਆਪਾਂ ਟੋਟੇ ਬਣਾਏ ਸਨਾ ਹਟਕੇ ਉਹ ਟੋਟੇ ਇਕੱਠੇ ਕਰਕੇ ਆਪਾਂ ਵੀਡੀਓ ਮੁਕੰਮਲ ਬਣਾ ਕੇ ਦੋਸਤਾਂ ਦੇ ਸਾਹਮਣੇ ਪੇਸ਼ ਕੀਤੀ ਜਾਂਦੇ ਆਂ ਦੋਸਤੋ ਇਹ ਆਪਣੇ ਕੋਲੇ 165 ਏਕੜ ਏਸ ਰਾਈ ਜ਼ਮੀਨ ਹੈ ਮਤਲਬ ਕਿ 6 ਮਰਬੇ ਤੋਂ ਉੱਪਰ 15 ਏਕੜ ਕੇ ਸੱਤਾਂ ਮਰਬੇ ਵਿੱਚੋਂ 10 ਏਕੜ ਕੰਮ 6 ਮਰਬੇ ਤੇ 15 ਏਕੜ ਦੋਸਤੋ ਇਹ ਅੱਛੀ ਤੇ ਨਰਮ ਮਿੱਟੀ ਵਾਲੀ ਜ਼ਰਖੇਜ਼ ਜ਼ਮੀਨ ਆਪਣੇ ਕੋਲੇ ਹੈਗੀ ਜੀ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਬਰਸੇਮ ਦੀ ਫਸਲ ਸਰ੍ਹਸੋਂ ਕਣਕ ਤੇ ਮੱਕੀ ਇਸ ਧਰਮ ਇੰਦੇ ਵਿੱਚ ਜ਼ਿਆਦਾ ਮੱਕਈ ਹੈ ਕਿਉਂਕਿ ਪਹਿਲੇ ਆਲੂ ਸੀ ਤੇ ਆਲੂ ਜਿਹੜਾ ਕਿ ਉਹ ਮਾਲਕ ਨੇ ਚੁੱਕ ਲਿਆ ਤੇ ਆਲੂ ਤੋਂ ਬਾਅਦ ਹੁਣ ਮਾਲਕ ਨੇ ਇੱਥੇ ਮੱਕਈ ਦੀ ਫਸਲ ਕਾਸ਼ਤ ਕੀਤੀ ਹੋਈ ਜੀ ਮਤਲਬ ਕਿ ਤੁਹਾਨੂੰ ਕੰਦਮ ਦੀ ਫਸਲ ਆ ਵੇਖੋ ਐਸ ਸਾਈਡ ਤੇ ਆ ਮੱਕਈ ਦੀ ਫਸਲ ਪਹਿਲੇ ਇੱਥੇ ਆਲੂ ਸੀ ਤੇ ਹੁਣ ਮੱਕਈ ਹੈ ਤੇ ਨਾਲ ਗੰਦਮ ਇਪੱਕੇ ਰਸਤੇ ਦੇ ਇੱਕ ਸਿਹਰ ਤੇ ਮਕਾਈ ਤੇ ਦੂਸਰੀ ਸਿਹਰ ਤੇ ਗੰਧਮ ਪਹਿਲੇ ਇੱਥੇ ਆਲੂ ਸੀ ਤੇ ਆਲੂ ਤੋਂ ਬਾਅਦ ਮਾਲਕ ਨੇ ਹੁਣ ਇੱਥੇ ਮਕਾਈ ਦੀ ਫਸਲ ਕਾਸ਼ਤ ਕੀਤੀ ਹੋਈ ਏ ਤੇ ਇਹ ਗੰਧਮ ਦੀ ਫਸਲ ਦੋਸਤਾਂ ਦੇ ਸਾਹਮਣੇ ਕਿ ਜ਼ਿਆਦਾ ਇੱਥੇ ਗੰਧਮ ਤੇ ਮਕਾਈ ਦੀ ਫਸਲ ਮੌਕੇ ਤੇ ਮਾਲਕ ਨੇ ਕਾਸ਼ਤ ਕੀਤੀ ਹੋਈ ਏ ਤੇ ਕੁਝ ਹਿੱਸੇ ਦੇ ਵਿੱਚ ਬਰਸੇਮ ਤੇ ਸਰਸੂ ਮਾਲਕ ਨੇ ਕਾਸ਼ਤ ਕੀਤੀ ਹੋਈ ਏ ਦੋਸਤੋ ਮੈਂ ਸਸਤੀ ਜ਼ਮੀਨ ਪਹਿਲੀ ਵਾਰੀ ਨਹੀਂ ਵਖਾੰਦਾ ਪਿਆ ਸਸਤੀਆਂ ਜ਼ਮੀਨਾਂ ਮੈਂ ਪਹਿਲੇ ਵੀ ਦਿਖਾ ਚੁੱਕਿਆ ਲੇਕਿਨ ਲੋਕੇਸ਼ਨ ਕਿ ਇਹ ਜ਼ਮੀਨ ਸਸਤੀ ਹੋਣ ਦੇ ਨਾਲ ਨਾਲ ਇਹਦੀ ਲੋਕੇਸ਼ਨ ਬੜੀ ਬਿਹਤਰੀਨ ਜੇ ਤੁਸੀਂ ਦੋਸਤੋ ਆਪਣੀ ਇੱਕ ਗੱਲ ਲਾਜ਼ਮੀ ਯਾਦ ਰੱਖਣੀ ਹੈ ਜ਼ਿੰਦਗੀ ਦੇ ਵਿੱਚ ਤੁਹਾਡੇ ਹਰ ਮੌਕੇ ਤੇ ਆਪਣੀ ਗੱਲ ਕੰਮ ਆਵੇਗੀ ਕਿ ਸਸਤੀਆਂ ਜ਼ਮੀਨਾਂ ਮਿਲ ਜਾਂਦੀ ਹੁੰਦੀਆਂ ਨੇ ਲੈਕਨ ਐਸੀ ਜ਼ਮੀਨ ਮਿਲਣਾ ਬਹੁਤ ਮੁਸ਼ਕਲ ਹੈ ਜਿੰਦੇ ਵਿੱਚ ਸਾਰੀਆਂ ਖੂਬੀਆਂ ਮੌਜੂਦ ਹੋਵਨ ਕੋਈ ਜ਼ਮੀਨ ਸਸਤੀ ਹੁੰਦੀ ਹੈ ਉਹਦਾ ਰਸਤਾ ਠੀਕ ਨਹੀਂ ਹੁੰਦਾ ਕਿਸੇ ਜ਼ਮੀਨ ਦਾ ਰਸਤਾ ਠੀਕ ਹੁੰਦਾ ਹੈ ਤੇ ਉਹ ਜ਼ਮੀਨ ਅਗਰਬਾਦ ਹੁੰਦੀ ਹੈ ਕਿਸੇ ਜ਼ਮੀਨ ਦੇ ਕੋਲੇ ਬਿਜਲੀ ਨਹੀਂ ਹੁੰਦੀ ਕੋਈ ਜ਼ਮੀਨ ਰੇਤ ਵਾਲੀ ਹੁੰਦੀ ਹੈ ਪੱਥਰ ਵਾਲੀ ਹੁੰਦੀ ਹੈ ਤੇ ਹੁੰਦੀ ਉਹ ਇੰਤਖਾਈ ਸਸਤੀ ਤੇ ਜਿਹੜੀ ਜ਼ਮੀਨ ਚੰਗੀ ਹੋਵੇ ਆਲੂ ਮੱਕੀ ਕਮਾਦ ਚਾਵਲ ਜਿੱਥੇ ਹਰ ਫਸਲ ਹੁੰਦੀ ਹੋਵੇ ਤੇ ਉਹ ਜ਼ਮੀਨ ਮਹਿੰਗੀ ਹੁੰਦੀ ਹੈ। ਮਤਲਬ ਕਿ ਆਪਾਂ ਨੂੰ ਹਰ ਚੀਜ਼ ਇਕੱਠੀ ਕਦੇ ਵੀ ਨਹੀਂ ਮਿਲ ਸਕਦੀ। ਅਗਰ ਆਪਾਂ ਹਰ ਚੀਜ਼ ਇਕੱਠੀ ਲਵਾਂਗੇ ਤੇ ਆਪਾਂ ਨੂੰ ਤਕਰੀਬਨ ਘੱਮਸ ਘੱਮ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਕਿੰਨੀ ਰਕਮ ਪਰਨੀ ਪੈਣੀ ਫੀ ਐਕਰ ਦੀ ਕਿ ਜ਼ਮੀਨਾਂ ਕਿੱਥੇ ਪਹੁੰਚ ਗਈਆਂ ਨੇ 35 ਲੱਖ ਦਾ 40 ਲੱਖ ਦਾ ਫੀ ਐਕਰ ਮਿਲਦਾ ਜਦੋਂ ਆਪਾਂ ਹਰ ਸਹੂਲਤ ਪੱਕੇ ਵੱਟ ਦੀ ਜ਼ਮੀਨ ਲੈਣਿਆ ਤਾਂ ਤੁਹਾ ਨੂੰ ਦੋਸਤੋ ਇਹ ਸਾਰੀਆਂ ਗੱਲਾਂ ਪਹਿਲੇ ਕਦੇ ਕਿਸੇ ਨੇ ਵੀ ਨਹੀਂ ਦਸੀਆਂ ਹੋਣੀਆਂ ਸਾਰੀਆਂ ਖੂਬੀਆਂ ਆਪਾਂ ਨੂੰ ਇਕੱਠੀਆਂ ਨਹੀਂ ਮਿਲ ਸਕਦੀਆਂ ਜ਼ਮੀਨ ਸਸਤੀ ਹੋਵੇਗੀ ਉਹਦੇ ਵਿੱਚ ਕੋਈ ਨਾ ਕੋਈ ਗੜਬੜ ਹੋਵੇਗੀ ਅਗਰ ਜ਼ਮੀਨ ਚੰਗੀ ਹੋਵੇਗੀ ਤੇ ਫਿਰ ਉਹ ਮਹਿੰਗੀ ਹੋਵੇਗੀ ਲੇਕਿਨ ਦੋਸਤੋ ਇੰਤਖਾਈ ਘੱਮ ਕੀਮਤ ਵਿੱਚ ਅੱਜ ਆਪਣੇ ਕੋਲ ਇੱਕ ਐਸਾ ਪੁਆਇੰਟ ਹੈ ਕਿ ਇਨਸ਼ਾ ਅੱਲਾਹ ਅੱਲਾਹ ਦੇ ਹੁਕਮ ਨਾਲ ਜੋ ਬੰਦਾ ਇਹ ਜ਼ਮੀਨ ਖਰੀਦ ਲਵੇਗਾ ਇਨਸ਼ਾਅੱਲਾ ਸਾਰੀ ਉਮਰ ਆਪਨੂੰ ਯਾਦ ਵੀ ਕਰੇਗਾ ਕੀਮਤ ਦਸਨ ਤੋਂ ਪਹਿਲੇ ਮੈਂ ਦੱਸਾਂਗਾ ਦੋਸਤਾਂ ਨੂੰ ਇਹ ਜ਼ਮੀਨ ਦੀ ਲੋਕੇਸ਼ਨ ਕਿਉਂਕਿ ਇਹਦੀ ਲੋਕੇਸ਼ਨ ਹਰ ਦੋਸਤ ਦੇ ਪਸੰਦ ਆਣੀ ਤੇ ਉਸ ਤੋਂ ਬਾਅਦ ਕੀਮਤ ਤੋਂ ਬਾਅਦ ਮੈਂ ਦੱਸਾਂਗਾ ਦੋਸਤਾਂ ਨੂੰ ਇਹ ਜ਼ਮੀਨ ਦਾ ਠੇਕਾ ਪਹਿਲੇ ਲੋਕੇਸ਼ਨ ਫਿਰ ਕੀਮਤ ਫਿਰ ਇਹ ਜ਼ਮੀਨ ਦਾ ਠੇਕਾ ਤਾਂ ਕਿ ਦੋਸਤੋ ਖੁਦ ਇਹ ਗੱਲ ਆਪਣੇ ਜ਼ਿਹਨ ਦੇ ਵਿੱਚ ਬਿਠਾ ਲਵਣ ਕਿ ਵਾਕਈ ਆਪਣੇ ਕੋਲ ਅੱਜ ਇੱਕ ਨੰਬਰ ਜ਼ਮੀਨ ਹੈ। ਦੋਸਤੋ ਇਹਦੀ ਲੋਕੇਸ਼ਨ ਹੈਗੀ ਆਰਫ ਵਾਲੇ ਤੋਂ ਬਹਾਵਲ ਨਗਰ ਮੇਨ ਰੋਡ ਤੇ ਆਰਫ ਵਾਲੇ ਤੋਂ ਬਹਾਵਲ ਨਗਰ ਜਿਹੜਾ ਮੇਨ ਰੋਡ ਜਾ ਰਿਹਾ ਹੈ ਨਾ ਉਸ ਮੇਨ ਰੋਡ ਤੋਂ ਸਿਰਫ 3 ਕਿਲੋਮੀਟਰ ਆਪਾਂ ਅੰਦਰ ਖੜੇ ਹੋਏ ਆਂ ਲਾਸਟ 3 ਕਿਲੋਮੀਟਰ 2.5 ਤੋਂ 3 ਕਿਲੋਮੀਟਰ ਮਤਲਬ ਕਿ ਜਿਹੜਾ ਆਰਫਾ ਲਤੂ 52 ਨਗਰ ਮੈਨ ਰੋਡ ਤੋਂ ਆਪਾਂ ਸਫ਼ਰ ਕਰਨਾ ਨਾ 3 ਕਿਲੋਮੀਟਰ ਉਹ ਹੈਗਾ ਕਾਰਪਟ ਰੋਡ ਜਿਹੜਾ ਕਾਰਪਟ ਰੋਡ ਆਪਾਂ ਦੋਸਤਾਂ ਨੂੰ ਬਾਰ-ਬਾਰ ਦਿਖਾ ਚੁੱਕੇ ਹਾਂ ਕਿ گاؤں ਤੋਂ ਪਹਿਲੇ ਵੀ ਉਹ ਕਾਰਪਟ ਰੋਡ ਹੈ گاؤں ਦੇ ਵਿੱਚ ਵੀ ਉਹ ਕਾਰਪਟ ਰੋਡ ਹੈ ਤੇ گاؤں ਕ੍ਰਾਸ ਕਰਨ ਤੋਂ ਬਾਅਦ ਵੀ ਉਹ ਕਾਰਪਟ ਰੋਡ ਹੈ ਤੇ ਪਹਿਲੇ ਵੀ ਆਪਣੀ ਜ਼ਮੀਨ ਹੈ ਤੇ ਬਾਅਦ ਵਿੱਚ ਵੀ ਆਪਣੀ ਜ਼ਮੀਨ ਹੈ ਤੇ ਉਹੀ ਕਾਰਪਟ ਰੋਡ ਆਪਣੇ ਡੇਰੇ ਤੱਕ ਜਾਂਦਾ ਜੀ ਜਿਹੜਾ ਕਿ ਸਿਰਫ ਉਹ 3 ਕਿਲੋਮੀਟਰ ਮੈਨ ਰੋਡ ਤੋਂ ਆ ਰਿਹਾ ਹੈ। ਮਤਲਬ ਕਿ ਜ਼ਮੀਨ ਤਾਂ ਹੈਗੀ ਇਹ ਜ਼ਿਲ੍ਹਾ ਪਾਕਪਤਨ ਵਿੱਚ ਤਖਸੀਲ ਅਰਫਵਾਲਾ ਵਿੱਚ ਲੇਕਿਨ ਬਹਾਵਨ ਨਗਰ ਇਹ ਜ਼ਮੀਨ ਦੇ ਇਜ਼ਾਦਾ ਕਰੀਬ ਰਹਿ ਜਾਂਦਾ ਹੈ। ਦੋਸਤੋ ਵੈਸੇ ਤਾਂ ਜ਼ਮੀਨ ਦਰਿਆ ਦੇ ਇਲਾਕੇ 'ਚ ਹੈ। ਕਿ ਦਰਿਆ ਤੂੰ ਪਹਿਲੇ ਆ ਜਾਂਦੀ ਲੇਕਿਨ ਇਲਾਕਾ ਦਰਿਆਦ ਹੈ ਕਿ ਦਰਿਆ ਤੂੰ ਚੰਦ ਏਕੜ ਦਾ ਜਿਹੜਾ ਕਿ ਫਾਸਲਾ ਹੈਗਾ ਹੈ। ਲੇਕਿਨ ਦਰਿਆਦ ਤੋਂ ਮੁਰਾਦ ਸਿਰਫ ਇਹ ਹੁੰਦਾ ਹੈ ਕਿ ਦਰਿਆ ਵਾਲੀ ਜ਼ਮੀਨ ਨੂੰ ਨਹਿਰੀ ਪਾਣੀ ਨਹੀਂ ਹੁੰਦਾ ਇਹ ਜ਼ਮੀਨ ਨੂੰ ਨਹਿਰੀ ਪਾਣੀ ਤਾਂ ਨਹੀਂ ਹੈਗਾ ਲੇਕਿਨ ਤਿੰਨ ਟਰਪੈਨਾ ਮੌਕੇ ਤੇ ਮੌਜੂਦ ਨੇ ਤੇ ਤਿੰਨ ਹੀ ਡੇਰੇ ਮੌਕੇ ਤੇ ਮੌਜੂਦ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਜ਼ਮੀਨ ਦਰਿਆ ਦੇ ਹਦੂਦ ਦੇ ਅੰਦਰ ਹੋਵੇ ਕਿ ਮੁਕੰਮਲ ਤੁਸੀਂ ਆਪਣੀ ਤਸੱਲੀ ਵੀ ਕਰ ਸਕਦੇ ਜੇ ਕਿ ਉਸ ਜ਼ਮੀਨ ਦਾ ਨੀਚੇ ਵਾਲਾ ਪਾਣੀ ਸ਼ਰਤੀਆ 100% ਮਿੱਠਾ ਹੁੰਦਾ ਇਹ ਮੇਰੇ ਦੋਸਤਾਂ ਨੂੰ ਪਹਿਲੇ ਹੀ ਪਤਾ ਹੋਣਾ ਹੈ ਜਿਹੜੇ ਕਿ ਇਹ ਤਜਰਬਾ ਕਰ ਚੁੱਕੇ ਨੇ ਦੋਸਤੋ ਦਰਿਆ ਤੂੰ ਚੰਦ ਏਕੜ ਦੇ ਸਫਰ ਤੇ ਆਪਣੇ ਕੋਲੇ ਇਹ ਜ਼ਮੀਨ ਤੇ ਵੱਡੇ ਮਹਿਨ ਰੋੜ ਤੂੰ ਸਿਰਫ 3 ਕਿਲੋਮੀਟਰ ਦੇ ਫਾਸਲੇ ਤੇ ਆਪਣੇ ਕੋਲੇ ਇਹ ਜ਼ਮੀਨ ਜਿੰਦੇ ਵਿੱਚ ਮੇਰੇ ਦੋਸਤਾਂ ਨੂੰ ਬਹੁਤ ਵੱਡਾ ਮਦਰਸਾ ਮਿਲੇਗਾ ਮਸਜਿਦ ਮਿਲੇਗੀ ਮਾਸ਼ਾਅੱਲਾ ਤੇ ਤਿੰਨ ਅਦਦ ਡੇਰੇ ਮਿਲਣਗੇ ਇੰਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ ਸਿਰਫ 21 ਲੱਖ ਰੁਪਇਆ ਦੋਸਤੋ 21 ਲੱਖ ਰੁਪਇਆ ਸੁਣ ਕੇ ਤੁਸੀਂ ਘਬਰਾਣਾ ਨਹੀਂ ਹੈਗਾ ਜੀ ਇਹ ਡਿਮਾਂਡ ਕੋਈ ਜ਼ਿਆਦਾ ਨਹੀਂ ਹੈਗੀ ਜੀ ਇਸ ਜ਼ਮੀਨ ਦੀ ਡਿਮਾਂਡ ਅੱਜ ਤੂੰ 2 ਸਾਲ ਪਹਿਲੇ ਹੈਗੀ ਸੀ 14 ਲੱਖ ਰੁਪਇਆ ਫੀ ਏਕੜ ਦੇ ਹਿਸਾਬ ਨਾਲ ਤੇ ਉਦੋਂ 13 ਲੱਖ ਰੁਪਏ ਫੀ ਏਕੜ ਦੇ ਹਿਸਾਬ ਨਾਲ ਅਸੀਂ ਖੁਦ ਇਹ ਜ਼ਮੀਨ ਦਾ ਮਾਲਕਾਂ ਨੂੰ ਰੇਟ ਲਵਾਇਆ ਸੀ ਮੌਕੇ ਤੇ ਪਾਰਟੀ ਲੈ ਕੇ ਗਏ ਸੀ ਦੋਸਤੋ ਇਹ ਅੱਜ ਦੀ ਡਿਮਾਂਡ ਹੈਗੀ ਜੇ ਇਹ ਡਿਮਾਂਡ ਅੱਜ ਜਿਹੜੀ 21 ਲੱਖ ਰੁਪਏ ਹੈਗੀ ਤੇ ਕੱਲ ਦਾ ਕੋਈ ਭਰੋਸਾ ਨਹੀਂ ਇਹ ਨਹੀਂ ਕਿ ਇਹ ਜ਼ਮੀਨ ਨਾ ਸੇਲ ਹੋਈ ਤੇ ਸਾਲ ਬਾਅਦ ਜਿਹੜੀ ਕਿ ਡਿਮਾਂਡ ਇਹ ਹੀ ਹੋਵੇਗੀ ਦੋਸਤੋ ਜ਼ਮੀਨ ਸੇਲ ਹੋਵੇ ਚਾਹੇ ਨਾ ਹੋਵੇ ਉਹ ਇੱਕ ਅਲੇਦਾ ਗੱਲ ਹੈ ਲੇਕਿਨ ਜਿਹੜੀ ਜ਼ਮੀਨ ਦੀ ਕੀਮਤ ਹੈ ਇਹ ਤੁਹਾਡੀ ਸੋਚ ਤੋਂ ਵੀ ਜ਼ਿਆਦਾ ਵੱਧ ਜਾਣੀ ਏ ਤੁਸੀਂ ਇਹ ਗੱਲ ਨੋਟ ਕਰ ਲਓ ਕਿਉਂਕਿ ਬਕਾਇਦਾ ਆਪਣੇ ਕੋਲੇ ਸਾਰੇ ਸਬੂਤ ਮੌਜੂਦ ਹੈਗੇ ਨੇ ਇਹਦੀ ਡਿਮਾਂਡ ਸਿਰਫ 2 ਸਾਲ ਪਹਿਲੇ ਗਈ ਸੀ 14 ਲੱਖ ਰੁਪਿਆ فی ਏਕੜ ਦੇ ਹਿਸਾਬ ਨਾਲ ਉਹ ਤੋਂ ਮਾਲਕ 13.5 ਲੱਖ ਦੀ ਜ਼ਮੀਨ ਫਾਈਨਲ ਦੇਣ ਵਾਸਤੇ ਤਿਆਰ ਹੈਗੇ ਸੀ ਤੇ 13 ਲੱਖ ਦੇ ਵਿੱਚ ਮਾਲਕ ਨਹੀਂ ਸੀ ਮੰਨੇ ਹੈਗੇ ਤੇ ਅੱਜ ਇਹ ਜ਼ਮੀਨ ਦੀ ਡਿਮਾਂਡ ਕਰਦੇ ਪੈਨੇ ਮਾਲਕਾਨ ਹਜ਼ਰਤ 21 ਲੱਖ ਰੁਪਇਆ ਫੀ ਏਕੜ ਦੇ ਹਿਸਾਬ ਨਾਲ ਦੋਸਤੋ ਇੱਕ ਫੈਮਿਲੀ ਦੀ ਜ਼ਮੀਨ ਹੈ ਕਿ ਦੋ ਤਿੰਨ ਭਾਈ ਹੈਗੇ ਨੇ ਉਹਨਾਂ ਦੀ ਇਹ ਜ਼ਮੀਨ ਹੈ ਜੀ ਸਾਰੇ ਭਾਈ ਰਾਜ਼ੀ ਨੇ ਆਰ ਪਾਸਿਓਂ ਮੁਕੰਮਲ ਤਸੱਲੀ ਕਰਕੇ ਆਪਾਂ ਜ਼ਮੀਨ ਦੀ ਵੀਡੀਓ ਅਪਲੋਡ ਕਰਦੇ ਹੁੰਨੇ ਆ ਤੇ ਖਾਸ ਤੌਰ ਤੇ ਆਪਣੇ ਇਲਾਕੇ 'ਚ ਕਿਉਂਕਿ ਇਲਾਕਾ ਆਪਣਾ ਹੈ ਨਾ ਤਾਂ ਆਪਣੇ ਇਲਾਕੇ ਵਿੱਚ ਵੈਸੀ ਆਪਣੀ ਗਾਰੰਟੀ ਹੁੰਦੀ ਅਸੀਂ ਪਤਾ ਨਹੀਂ ਕਿੰਨੇ ਚੱਕਰ ਲਗਾਣੇ ਆ ਗੱਡੀ ਤੇ ਪੈਟਰੋਲ ਸਾੜਨੇ ਆ ਉਸ ਤੋਂ ਬਾਅਦ ਆਪਾਂ ਵੀਡੀਓ ਅਪਲੋਡ ਕਰਦੇ ਹੁੰਦੇ ਆ ਬਾਕੀ ਬਿਹਤਰ ਮੇਰੇ ਦੋਸਤਾਂ ਨੂੰ ਖੁਦ ਪਤਾ ਹੈਗਾ ਕਿ ਪ੍ਰਾਪਰਟੀ ਇੱਕ ਐਸੀ ਚੀਜ਼ ਹੈ ਜਿਹੜੀ ਕਿ ਦਨ ਬਦਨ ਮਹਿੰਗੀ ਹੁੰਦੀ ਚਾਹੇ ਉਹ ਕਿਹੜੇ ਇਲਾਕੇ 'ਚ ਮਰਜ਼ੀ ਪਈ ਹੋਵੇ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰ ਹੈਗੇ ਨੇ ਉਹ ਮੇਰੇ ਵੀਡੀਓ ਵਾਚ ਕਰਦੇ ਹੁੰਦੇ ਸੀ ਹੁਣ ਵੀ ਕਰਦੇ ਪਏ ਨੇ कि ਅਜ ਤੂੰ ਕੋਈ ਜਿਹੜੀਆਂ ਕੋਈ 3 ਸਾਲ ਪਹਿਲੇ ਮੈਂ ਜ਼ਮੀਨਾਂ ਦੀ ਵੀਡੀਓ ਅਪਲੋਡ ਕੀਤੀਆਂ ਸੀ ਨਾ ਜਦੋਂ ਕਿ 3 ਲੱਖ ਦਾ 4 ਲੱਖ ਦਾ ਫੀ ਏਕੜ ਹੈਗਾ ਸੀ ਤੇ ਉਹ ਵੀਡੀਓ ਆਪਣੇ ਕੋਲੇ ਆਪਣੇ YouTube ਚੈਨਲ ਤੇ ਅੱਜ ਵੀ ਪਈਆਂ ਹੋਈਆਂ ਨੇ ਕਿਸੇ ਦੋਸਤ ਨੇ ਸਬੂਤ ਲੈਣਾ ਹੋਵੇ ਨਾ ਤੇ ਆਪਾਂ ਵੀਡੀਓ ਡਿਲੀਟ ਨਹੀਂ ਕਰਦੇ ਇਸ ਵਾਸਤੇ ਆਪਾਂ ਵੀਡੀਓ ਡਿਲੀਟ ਇਸ ਵਾਸਤੇ ਨਹੀਂ ਕਰਦੇ ਜਦੋਂ ਜ਼ਮੀਨ ਸੇਲ ਹੋ ਜਾਂਦੀ ਹੈ ਹੋ ਜਾਂਦੀ ਹੈ ਨਾ ਜਦੋਂ ਜ਼ਮੀਨ ਸੇਲ ਹੋ ਜਾਂਦੀ ਹੈ ਅੱਪਰ ਫਿਰ ਵੀ ਉਹ ਵੀਡੀਓ ਡਿਲੀਟ ਨਹੀਂ ਕਰਦੇ ਕਿਉਂਕਿ ਆਪਣੇ ਕੋਲ ਇੱਕ ਸਬੂਤ ਪਿਆ ਹੁੰਦਾ ਹੈ ਕਿ ਕੱਲ ਆਹ ਰੇਟ ਸੀ ਤੇ ਅੱਜ ਆਹ ਰੇਟ ਹੈ ਕਿ ਅੱਜ ਤੂੰ 3-3 ਸਾਲ ਪਹਿਲੇ ਮੈਂ ਵੀਡੀਓ ਅਪਲੋਡ ਕੀਤੀ ਤੀਸਰੀ ਜ਼ਮੀਨਾਂ ਦੀਆਂ 5 ਲੱਖ ਤੇ 6 ਲੱਖ ਰੁਪਏ ਪ੍ਰਤੀ ਏਕੜ ਸੀ ਇਹ ਦਰਾਂ ਦੀ ਜ਼ਮੀਨਾਂ ਦੀ ਉਹ ਵੀਡੀਓ ਆਪਣੇ ਕੋਲ ਅੱਜ ਵੀ ਪਈਆਂ ਨੇ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਜਿਹੜੀ ਜ਼ਮੀਨ 5-6 ਲੱਖ ਦਾ ਪ੍ਰਤੀ ਏਕੜ ਸੀ ਉਹ 12 ਲੱਖ ਦਾ ਪ੍ਰਤੀ ਏਕੜ ਜਿਹੜੀ ਜ਼ਮੀਨ ਬਾਰਾਂ ਲੱਖ ਦਾ ਫੀ ਏਕੜ ਸੀ ਉਹ ਜ਼ਮੀਨ 22 23 ਲੱਖ ਦਾ ਫੀ ਏਕੜ ਹੈ ਮਤਲਬ ਕਿ ਸਿਰਫ ਨਾ 3 ਸਾਲ ਦੇ ਵਿੱਚ ਵਿੱਚ ਡਬਲ ਫਰਕ ਪਿਆ ਡਬਲ ਤੇ ਦੋਸਤੋ ਇੱਕ ਹੋਰ ਮਜ਼ੇਦ ਦੀ ਗੱਲ ਜਿਹੜੀ ਜ਼ਮੀਨ ਅਸੀਂ ਅੱਜ ਤੋਂ ਕਿ 3 ਸਾਲ ਪਹਿਲੇ 5 6 ਲੱਖ ਫੀ ਏਕੜ ਦੇ ਹਿਸਾਬ ਨਾਲ ਅਸੀਂ ਖੁਦ ਸੇਲ ਕਰਵਾਈ ਸੀ ਨਾ ਕਿਸੇ ਬੰਦੇ ਨੂੰ ਲੈ ਕੇ ਦਿੱਤੀ ਸੀ ਤੇ ਅਸੀਂ ਉਹਨਾਂ ਕੋਲ ਗਏ ਆ ਤੇ ਹੁਣ ਉਹ 12 ਲੱਖ ਰੁਪਇਆ 13 ਲੱਖ ਰੁਪਇਆ ਫੀ ਏਕੜ ਦਾ ਰੇਟ ਮੰਗਦੇ ਪਏ ਨੇ ਕਿ ਸੌਲੇ ਵੀ ਕਰਦੇ ਨੇ ਕਿਉਂਕਿ ਉਹਨੂੰ ਨਫਾ ਮਿਲਦਾ ਪਿਆ ਹੈ ਬਹੁਤ ਜ਼ਿਆਦਾ ਤੇ ਦੋਸਤੋ 21 ਲੱਖ ਰੁਪਇਆ فی ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਦੀ ਡਿਮਾਂਡ ਤੇ 1 ਲੱਖ ਰੁਪਇਆ فی ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਦਾ ਠੇਕਾ ਹੈਗਾ ਜੀ ਕਿ ਸੱਜੇ ਖੱਬੇ ਠੇਕੇ ਦੀ ਮਾਲੂਮਾਤ ਅਸਲ ਕਰਨ ਤੋਂ ਬਾਅਦ ਕਿ ਸੱਜੇ ਖੱਬੇ ਜਿਹੜੇ ਦੋਸਤਾਂ ਨੇ ਜ਼ਮੀਨ ਠੇਕੇ ਤੇ ਦਿੱਤੀ ਹੋਈ ਹੈ ਉਹ ਠੇਕਾ ਕੀ ਲੈਂਦੇ ਪੈਣ ਕੀ ਦਿੰਦੇ ਪੈਣੇ ਅਸੀਂ ਉਹ ਤਸੱਲੀ ਕਰਨ ਤੋਂ ਬਾਅਦ ਗੱਲ ਕੀਤੀ ਜਾਂਨੇ ਆ ਕਿ 1 ਲੱਖ ਰੁਪਿਆ ਪੂਰਾ 1 ਲੱਖ ਰੁਪਿਆ ਇਹ ਜ਼ਮੀਨ ਦਾ ਠੇਕਾ ਹੈਗਾ ਜੀ ਕਿਉਂਕਿ ਸੱਜੇ ਖੱਬੇ 95000 ਰੁਪਿਆ 1 ਲੱਖ ਰੁਪਿਆ 1 ਲੱਖ 5000 ਰੁਪਿਆ 1 ਲੱਖ 10 15 ਤੇ 1 ਲੱਖ 20000 ਤੱਕ ਠੇਕੇ ਚੱਲਦੇ ਪਏ ਸੀ لہذا ਆਪਾਂ ਗੱਲ ਕੀਤੀ ਆ ਨੇ ਦਰਮਿਆਨ ਦੇ ਵਿੱਚ ਨਾ ਵੱਧ ਤੇ ਨਾ ਘਟ ਹਾਲਾਂਕਿ ਇੱਥੇ ਆਸ-ਪਾਸ ਕਮ ਅਜ਼ ਕਮ 95000 ਰੁਪਿਆ ਠੇਕਾ ਸੀ ਤੇ ਵੱਧ ਵੱਧ ਦਰਿਆ ਦੀ ਜ਼ਮੀਨ ਦਾ 120000 ਰੁਪਿਆ ਠੇਕਾ ਸੀ ਲੇਕਿਨ ਅੱਪਾਂ ਗੱਲ ਕੀਤੀ ਆਂ ਨੇ ਇੱਕ ਲੱਖ ਰੁਪਿਆ ਜਿਹੜੀ ਉਹਦੇ ਵਿੱਚ ਆਪਣੀ ਗਾਰੰਟੀ ਹੋਵੇਗੀ ਕਿ ਤੁਸੀਂ ਇੱਕ ਲੱਖ ਦੇ ਹਿਸਾਬ ਨਾਲ ਜ਼ਮੀਨ ਠੇਕੇ ਤੇ ਦੇ ਸਕਦੇ ਜੀ ਮੁਕੰਮਲ ਗਾਰੰਟੀ ਨਾਲ ਤੇ ਇਸ ਗੱਲ ਦਾ ਵੀ ਮੇਰੇ ਦੋਸਤਾਂ ਨੂੰ ਖੁਦ ਪਤਾ ਹੈ ਕਿ ਠੇਕੇ ਤੇ ਜ਼ਮੀਨਾਂ ਹੁਣ ਮਿਲਦੀਆਂ ਕੋਣੀ ਪਈਆਂ ਜਿੰਨਾਂ ਕੋਲ ਠੇਕੇ ਤੇ ਜ਼ਮੀਨਾਂ ਹੈਗੀਆਂ ਨੇ ਉਹ ਜ਼ਮੀਨਾਂ ਛੱਡਦੇ ਕੋਣੀ ਪਏਗੇ ਕਿ ਸਾਨੂੰ ਤਕਰੀਬਨ ਰੋਜ਼ਾਨਾ ਦੀਆਂ ਪਤਾ ਨਹੀਂ ਕਿੰਨੀਆਂ ਅੰਗਿਣਿਤ ਕਾਲਾਂ ਆndੀਆਂ ਨੇ ਤੇ WhatsApp ਤੇ ਮੈਸੇਜ ਆਂਦੇ ਨੇ ਕਿ ਭਾਈ ਸਾਾਨੂੰ ਤੁਸੀਂ ਠੇਕੇ ਵਾਸਤੇ ਕੋਈ ਚੰਗੀ ਜਿਹੀ ਜ਼ਮੀਨ ਲੱਭ ਦਿਓ ਲੇਕਿਨ ਬੜੀ ਕੋਸ਼ਿਸ਼ ਕਰਦੀ ਕਰਦੀਏ ਕਿ ਜ਼ਮੀਨਾਂ ਠੇਕੇ ਵਾਸਤੇ ਮਿਲਦੀਆਂ ਕੋਣੀ ਪਈਆਂ ਕਿ ਠੇਕੇਦਾਰ ਸਮਝੋ ਕਿ ਆਪਣੇ ਪਿੱਛੇ-ਪਿੱਛੇ ਚੱਕਰ ਲਗਾ ਰਹੇ ਨੇ ਤੇ ਜਿਹੜੀ ਜ਼ਮੀਨ ਕਿਸੇ ਕੋਲੇ ਪਈ ਏ ਜਿਹੜੀ ਅਲਦਕਰ ਠੇਕੇ ਤੇ ਨਹੀਂ ਚੜੀ ਹੈਗੀ ਤੇ ਉਹਦਾ ਠੇਕਾ ਖੈਰ ਨਾਲ ਮੰਗਦੇ ਪਏ ਨੇ 2 ਲੱਖ ਤੋਂ ਉੱਪਰ-ਉੱਪਰ ਫੀ ਏਕੜ ਦੇ حساب ਨਾਲ ਮੇਰੇ ਕੋਲ ਜ਼ਮੀਨਾਂ ਹੈ ਨੇ ਜਿਨ੍ਹਾਂ ਦਾ ਠੇਕਾ 2 ਲੱਖ ਤੋਂ ਉੱਪਰ-ਉੱਪਰ ਹੈਗਾ ਤੇ ਹਾਲਾਂਕਿ ਉੱਥੇ ਪਾਣੀ ਵੀ 6 ਮਾਦ ਹੈ ਨਰੀ ਪਾਣੀ ਕਿਉਂਕਿ ਦੋਸਤੋ ਆਪਣਾ ਕੰਮ ਪ੍ਰੋਪਰਟੀ ਦਾ ਕਾਫੀ ਅਰਸੇ ਦਾ ਸ਼ੁਰੂ ਕੀਤਾ ਹੋਇਆ ਆ ਆਪ ਨੂੰ ਸਾਰਾ ਪਤਾ ਹੈ ਕਿ ਜ਼ਮੀਨਾਂ ਦੀ ਕੀਮਤਾਂ ਕਿੰਨੀਆਂ ਨੇ ਠੇਕੇ ਕਿੰਨੇ ਨੇ ਮਾਲਕ ਹਜ਼ਾਰਤ ਸਾਨੂੰ ਕੀ ਗੱਲ ਸੁਣਾਉਂਦੇ ਨੇ ਦੋਸਤੋ ਇਹ ਵੀ ਆਪਣੇ ਕੋਲ ਇੱਕ ਐਸਾ ਪੁਆਇੰਟ ਹੈ ਕਿ ਜਿਹੜਾ ਮੇਰਾ ਦੋਸਤ ਇਹ ਜ਼ਮੀਨ ਖਰੀਦ ਲਵੇਗਾ ਨਾ ਤੂੰ ਦੋਸਤ ਖੁਦ ਇਹ ਗੱਲ ਕਰੇਗਾ ਕਿ ਭਾਈ ਅਬਦੁਲਵਾਹਿਦ ਅਸੀਂ ਬੜੇ ਚੰਗੇ ਰਹਿ ਗਏ ਹਾਂ ਕਿ ਤੁਹਾਡੇ ਕੋਲੋਂ ਅਸੀਂ ਇਹ ਜ਼ਮੀਨ ਖਰੀਦ ਲਈਏ ਤੁਸੀਂ ਦੋਸਤੋ ਇਹ ਗੱਲ ਸੋਚਣੀ ਨਹੀਂ ਹੋਣੀ ਹੈਗੀ ਜੇ ਕਿ ਜ਼ਮੀਨ ਦਰਿਆ ਦੇ ਇਲਾਕੇ ਚ ਆਪਾਂ ਨਾ ਖਰੀਦੀਏ ਨਹੀਂ ਦੋਸਤੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਮੈਂ ਤੁਹਾਨੂੰ ਵਿਖਾਵਾਂਗਾ ਇਹ ਕੰਦਮ ਲੱਗੀ ਹੋਈ ਜ਼ਮੀਨ ਦੇ ਅੰਦਰ ਇਹ ਮੱਕੀ ਲੱਗੀ ਜ਼ਮੀਨ ਦੇ ਅੰਦਰ ਤੁਸੀਂ ਮੈਨੂੰ ਰਾਬਤਾ ਕਰਿਓ ਜੀ ਮਾਲਕ ਨੇ ਕੰਦਮ ਵੀ ਚੁੱਕ ਲੈਣੀ ਏ ਮੱਕਈ ਵੀ ਚੁੱਕ ਲੈਣੀ ਏ ਦਰਿਆ ਫਿਰ ਵੀ ਨਹੀਂ ਆਣਾ ਹੈਗਾ ਦੋਸਤੋ ਅਵਲ ਤੇ ਦਰਿਆ ਆਣਾ ਹੀ ਨਹੀਂ ਹੈਗਾ ਜੇ ਅਗਰ ਦਰਿਆ ਬੋਲੋ ਚੋ ਕਿ ਆ ਵੀ ਜਾਵੇ ਨਾ ਤੇਨੇ ਜਾਣਾ ਪਹਾਨੂੰ ਕਿ ਬਾਵਨਗਰ ਵਾਲੀ ਸੇੜ ਨੂੰ ਜਾਣਾ ਜਿਹੜੇ ਪਾਸੇ ਆਪਣੀ ਜ਼ਮੀਨ ਵੀ ਨਹੀਂ ਹੈਗੀ ਜੇ ਤੁਸੀਂ ਇੰਟਰਨੈਟ ਤੇ ਚੈੱਕ ਕਰ ਸਕਦੇ ਇਹ ਸਤਲੁਜ ਦਰਿਆ ਨੇ ਸਿਰਫ 1988 ਚ ਮਾਰਕ ਕੀਤੀ ਸੀ ਕਾਫੀ ਹੱਦ ਤੱਕ ਤੇ ਉਸ ਤੋਂ ਬਾਅਦ ਨਹੀਂ ਤੁਸੀਂ ਦੋਸਤੋ ਇੱਕ ਦਫਾ ਮੌਕੇ ਦਾ ਕੇ ਵੇਖੋ ਦਰਿਆ ਦੀ ਹਦੂਦ ਦੀ ਜਿਹੜੀ ਜ਼ਮੀਨ ਦਰਿਆ ਦੀ ਹਦੂਦ ਦੇ ਅੰਦਰ ਆ ਜਾਂਦੀ ਹੈ ਨਾ ਉੱਥੇ ਬੜੇ ਵੱਡੇ ਵੱਡੇ گاؤں ਬਣੇ ਹੋਏ ਨੇ ਹਵੇਲੀਆਂ ਬਣੀਆਂ ਹੋਈਆਂ ਨੇ ਬੜੀਆਂ ਵੱਡੀਆਂ ਦੋਸਤਾਂ ਨੇ ਤਿੰਨ ਤਿੰਨ ਮੰਜ਼ਲਾਂ ਦੀਆਂ ਕੋਠੀਆਂ ਬਣਾਈ ਹੋਈਆਂ ਨੇ ਤੇ ਉਹਨਾਂ ਨੂੰ ਕੀ ਜ਼ਰੂਰਤ ਹੈਗੀ ਸੀ ਕਿ ਜ਼ਮੀਨ ਦਰਿਆ ਦੇ ਕਰੀਬ ਹੈਗੀ ਇੱਥੇ ਵੱਡੇ ਵੱਡੇ ਹਵੇਲੀਆਂ ਤੇ ਕੋਠੀਆਂ ਪਾ ਕੇ ਬਹਿ ਗਏ ਨੇ ਕਿ ਇਹ ਸਿਰਫ ਆਪਣੇ ਇੱਕ ਜ਼ਹਿਨ ਵਿੱਚ ਇੱਕ ਡਰ ਹੁੰਦਾ ਹੈ ਕਿ ਦਰਿਆ ਆਵੇਗਾ ਸਾਡਾ ਕੀ ਬਣੇਗਾ ਦੋਸਤੋ ਅੱਲਾਹ ਤਾਲਾ ਦੀ ਮਰਜ਼ੀ ਤੋਂ ਬਗੈਰ ਤਾਂ ਪੱਤਾ ਵੀ ਨਹੀਂ ਹਿੱਲਦਾ ਦਰਿਆ ਤਾਂ ਬਹੁਤ ਦੂਰ ਰਹਿ ਗਿਆ ਕਿਉਂਕਿ ਜਿਹੜੇ ਲੋਕ ਇੱਥੇ ਬੈਠੇ ਹੋਏ ਨੇ ਵੱਡੀਆਂ-ਵੱਡੀਆਂ ਹਵੇਲੀਆਂ ਪਾ ਕੇ ਇੱਥੇ گاਉਂ ਬਣ ਗਏ ਨੇ ਵੱਡੀਆਂ-ਵੱਡੀਆਂ ਕੋਠੀਆਂ ਪਾ ਕੇ ਬੈਠੇ ਨੇ ਆਪਣਾ ਮਾਲ ਡੰਗਰ ਰੱਖਿਆ ਤੇ ਕਿਸੇ ਉਮੀਦ ਤੇ ਬੈਠੇ ਹੋਏ ਨੇ ਦੋਸਤੋ ਇਹ ਉਹੀ ਜ਼ਮੀਨ ਹੈਗੀ ਜੇ ਜਿਹੜੀ ਸਾਡੇ ਲਾਕ ਵਿੱਚ ਮੇਰੇ ਦੋਸਤਾਂ ਨੂੰ ਪਤਾ ਹੁੰਦਾ ਮੈਂ ਵੀਡੀਓ ਰੋਜ਼ ਅਪਲੋਡ ਕਰਦਾ ਹੁੰਨਾ ਕਿ ਇੱਥੇ 35 ਲੱਖ 40 ਲੱਖ ਰੁਪਈਆ ਪ੍ਰਤੀ ਏਕੜ ਦਾ ਲੋਕ ਮੰਗਦੇ ਪਏ ਨੇ ਇਹ ਖਿਸਮ ਦੀ ਜ਼ਮੀਨ ਹੈ ਜੀ ਸਿਰਫ ਦਰਿਆ ਦੇ ਕਰੀਬ ਹੋ ਕੇ ਜ਼ਮੀਨ ਆਪਾਂ ਨੂੰ ਕਿੰਨੀ ਸਸਤੀ ਬਣਦੀ ਪਈ ਜੇ ਤੁਸੀਂ ਇਹ ਗੱਲ ਨੋਟ ਕਰੋ ਤੇ ਫਸਲ ਹੋਈ ਹੈ ਜਿਵੇਂ ਮੇਰੇ ਆਰਫ ਵਾਲੇ ਸ਼ਹਿਰ ਦੇ ਆਸ-ਪਾਸ ਮੱਕੀ ਆਲੂ ਕਮਾੜ ਚਾਵਲ ਤੁਸੀਂ ਇਹ ਫਸਲ ਉੱਥੇ ਵੀ ਕਾਸ਼ਤ ਕਰ ਸਕਦੇ ਜੇ ਕਿ ਜ਼ਮੀਨ ਦੇ ਵਿੱਚ ਫਰਕ ਕੋਈ ਨਹੀਂ ਹੈਗਾ ਫਰਕ ਸਿਰਫ ਇਹਨਾਂ ਹੈ ਕਿ ਸਾਡੇ ਇੱਥੇ ਆਰਫ ਵਾਲੇ ਦੇ ਆਸ-ਪਾਸ ਲਾਹੌਰ ਦੇ ਆਸ-ਪਾਸ ਸਾਈਵਾਲ ਇੱਥੇ ਦਰਿਆ ਕਰੀਬ ਨਹੀਂ ਹੈਗਾ ਜ਼ਮੀਨਾਂ ਮਹਿੰਗੀਆਂ ਨੇ ਇੱਕੇ ਕਰਨੇ ਹੋ ਗਏ ਨੇ ਜਿਹੜੀ ਇਹ ਜ਼ਮੀਨ ਹੈਗੀ ਏ ਇਹ ਦਰਿਆ ਦੇ ਕਰੀਬ ਆ ਜਾਂਦੀ ਏ ਤੇ ਥੋੜੀ ਸਸਤੀ ਹੈਗੀ ਏ ਹਾਲਾਂਕਿ ਫਸਲ ਇੱਥੇ ਉਹ ਹੁੰਦੀ ਉੱਥੇ ਹੀ ਉਹ ਹੁੰਦੀ ਏ ਕਿ ਫਸਲ ਇੱਥੇ ਆਰਧਾ ਫਸਲ ਸਹੀ ਵਾਲ ਵੀ ਲਾਹੌਰ ਵੀ ਕਾਸ਼ਤ ਕਰ ਸਕਦੇ ਜੇ ਤੇ ਉਹੀ ਫਸਲ ਤੁਸੀਂ ਇਹ ਜ਼ਮੀਨ ਦੇ ਵਿੱਚ ਵੀ ਕਾਸ਼ਤ ਕਰ ਸਕਦੇ ਜੇ ਤੇ ਦੋਸਤੋ ਵੀਡੀਓ ਕਾਫੀ ਲੰਮੀ ਹੋ ਗਈ ਏ ਗੱਲ ਮੁੱਕਦੀ ਮਕਾਨੇ ਆ ਕਿ ਆਪਣਾ ਆਫਿਸ ਏ ਆਰਧਾ ਵਾਲਾ ਸ਼ਹਿਰ ਸਾਹਮਣੇ ਸਕਰੀਨ ਤੇ ਆਪਾਂ ਨੂੰ ਦੋਸਤਾਂ ਨੂੰ ਨੰਬਰ ਨਜ਼ਰ ਆ ਗਿਆ ਹੋਣਗੇ ਕਾਲ ਐਂਡ ਵਟਸਐਪ ਅ ਨੰਬਰ ਇਹ ਨੰਬਰ ਉੱਪਰ ਵਾਲਾ ਇਹ ਪਾਈ ਸ਼ਫਕਤ ਸਾਹਿਬ ਦਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਈਏ ਇਹ ਨੰਬਰ نیچے ਵਾਲਾ ਦੋਸਤੋ ਨੰਬਰ ਮੇਰਾ ਹੈਗਾ ਇਹ ਇਸ ਨੰਬਰ ਤੇ ਦੌਰਾਨੇ ਮਸਰੂਫੀਅਤ ਕਿ کئی ਦਫਾ ਆਪਾਂ ਜਿਵੇਂ ਕੋਣੇ ਵੀਡੀਓ ਮੈਂ ਐਡਿਟ ਕੀਤੀ ਆ ਨਾ ਇਹਨੂੰ YouTube ਤੇ ਅਪਲੋਡ ਕੀਤੀ ਆ ਨਾ ਕਿ ਬਾਅਦ ਦਫਾ ਵੀਡੀਓ ਦੀ ਤਿਆਰੀ ਕਰਨੀ ਹੁੰਦੀ ਏ ਤੇ ਉਦੋਂ ਵੀ ਮੇਰਾ ਨੰਬਰ ਬੰਦ ਹੁੰਦਾ ਹੈ ਬਾਅਦ ਦਫਾ ਨਮਾਜ਼ ਦਾ ਟਾਈਮ ਹੁੰਦਾ ਹੈ ਜੁਮੇ ਦਾ ਟਾਈਮ ਹੁੰਦਾ ਹੈ ਤੇ ਉਦੋਂ ਵੀ ਨੰਬਰ ਬੰਦ ਹੁੰਦੇ ਨੇ ਆਪਣੇ ਕਿ ਨੰਬਰ ਬੰਦ ਹੋਣ ਦਾ ਤੁਸੀਂ WhatsApp ਤੇ ਵਾਇਸ ਮੈਸੇਜ ਜੱਡ ਕਰਨੀ ਤੁਹਾਨੂੰ ਇਨਸ਼ਾਅੱਲਾ ਤਾਲਾ ਰਿਪਲਾਈ ਮਿਲ ਜਾਏਗੀ ਪਿਛਲੇ ਜੁਮੇ ਮੇਰਾ ਇੱਕ ਦੋਸਤ ਬਾਰ-ਬਾਰ WhatsApp ਤੇ ਮੈਸੇਜ ਕਰਦਾ ਪਿਆ ਸੀ ਹੜ ਕੇ ਜਦੋਂ ਮੈਂ ਉਹਦੀ ਰਿਪਲਾਈ ਕੀਤੀ ਤੇ ਕਹਿੰਦਾ ਤੁਸੀਂ ਬੜੇ ਲੇਟ ਹੋ ਗਏ ਜੀ ਤੇ ਤੁਸੀਂ ਰਿਪਲਾਈ ਨਹੀਂ ਕੀਤੀ ਹੈਗੀ ਮੈਂ ਕਿਹਾ ਭਾਈ ਮੇਰੇ ਮੇ ਜੁਮਾ ਵਰਦਾ ਪਿਆ ਸੀ ਮਤਲਬ ਕਿ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੁੰਦੇ ਜੇ ਇਸ ਤੋਂ ਇਲਾਵਾ ਭਾਈ ਸ਼ਫਕਤ ਦਾ ਕਾਲ ਨੰਬਰ ਜਿਹੜਾ ਕਿ ਜੈਸ ਤੇ ਹੈਗਾ ਤੁਹਾਨੂੰ نیچے ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜੇਗਾ ਤੁਸੀਂ ਦੋਸਤੋ ਇਹ ਗੱਲ ਯਾਦ ਰੱਖਣੀ ਹੈ ਕਿ ਤੁਸੀਂ ਭਾਈ ਸ਼ਫਕਤ ਨੂੰ ਨੰਬਰ ਤੇ ਸਿਰਫ ਕਾਲ ਕਰਨੀ ਜੇ ਭਾਈ ਸ਼ਫਕਤ ਜਿਹੜਾ ਕਿ WhatsApp ਅਕਸਰ ਬੰਦ ਹੁੰਦੀ ਹੈ ਲੇਕਿਨ ਕਾਲ ਤੁਸੀਂ ਕਰ ਸਕਦੇ ਜੇ ਤੇ ਨੰਬਰ نیچے ਵਾਲਾ ਜਿਹੜਾ ਕਿ ਮੇਰਾ ਹੈਗਾ ਇਸ ਨੰਬਰ ਤੇ ਕਾਲ ਤੇ رابطہ ਨਾ ਹੋ ਸਕੇ ਤੋ ਨੂੰ WhatsApp ਤੇ ਫੌਰਨ ਇਨਸ਼ਾ ਅੱਲਾਹ ਰੱਪਲਾਈ ਮਿਲੇਗੀ ਤੁਸੀਂ ਮੇਰਾ ਨੰਬਰ ਤੇ ਨੀਚੇ ਵਾਲੇ ਮੇਰੇ ਨੰਬਰ ਤੇ ਤੁਸੀਂ ਕਾਲ ਕਰਨੀ ਹੈ WhatsApp ਤੇ ਜਾਂ ਫਿਰ WhatsApp ਤੇ ਵਾਇਸ ਮੈਸੇਜ ਕਰਨਾ ਹੈ ਚੈਟ ਕਰਨਾ ਹੈ ਤੁਹਾਨੂੰ ਫੌਰਨ ਉੰਦੀ ਰੱਪਲਾਈ ਮਿਲੇਗੀ ਤੇ ਦੋਸਤੋ ਵੀਡੀਓ ਅੱਛੀ ਲੱਗੇ ਤਾਂ ਲਾਈਕ ਤੇ ਸ਼ੇਅਰ ਇਹ ਜ਼ਰੂਰ ਕਰੋ ਤੇ ਆਪਣੇ ਬਿਹਤਰੀਨ ਜੇਕਮੈਂਟ ਨਾਲ ਕੇ ਭੇਜੋ ਇਨਸ਼ਾ ਅੱਲਾਹ ਬਖਸ਼ਰ ਤੇ ਜ਼ਿੰਦਗੀ ਬਖ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼